प्यारे विद्यार्थियों स्कूल शिक्षा विभाग पंजाब ਵੱਲੋਂ ਪੜੋ ਪੰਜਾਬ ਪੜਾਓ ਪੰਜਾਬ ਤੇ ਹੈ ਅੱਜ ਦੀ ਇਸ ਸਲਾਈਡ ਵਿੱਚ ਤੁਹਾਡਾ ਸਵਾਗਤ ਹੈ ਅੱਜ ਮਿਤੀ ਹੈ 28 ਅਗਸਤ 2020 ਦਿਨ ਹੈ ਸ਼ੁੱਕਰਵਾਰ ਫਰਡੇ ਅੱਜ ਦਾ ਵਿਚਾਰ ਕੁਝ ਵੀ ਅਸੰਭਵ ਨਹੀਂ ਹੁੰਦਾ ਪਿਆਰੇ ਬੱਚਿਓ ਅਸੀਂ ਇਹ ਸਾਰੇ ਜਾਣਦੇ ਆ ਕਿ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਹੈ ਬਸ ਕਮੀ ਹੁੰਦੀ ਹੈ ਸਾਡੀ ਇੱਛਾ ਸ਼ਕਤੀ ਦੀ ਆਤਮ ਵਿਸ਼ਵਾਸ ਦੀ ਜੇਕਰ ਸਾਡੇ ਵਿੱਚ ਆਪਣਾ ਆਤਮ ਵਿਸ਼ਵਾਸ ਹੈ ਇੱਛਾ ਸ਼ਕਤੀ ਸਾਡੀ ਹੈ ਤਾਂ ਅਸੀਂ ਕੋਈ ਵੀ ਕੰਮ ਜਿੰਨਾ ਮਰਜ਼ੀ ਔਖਾ ਹੋਵੇ ਉਹਨੂੰ ਕਰ ਸਕਦੇ ਹਾਂ ਤੇ ਕੋਈ ਵੀ ਕੰਮ ਅਜੇ ਹਾਨੀ ਜਿਹਨੂੰ ਅਸੀਂ ਨਹੀਂ ਕਰ ਸਕਦੇ ਇਸ ਕਰਕੇ ਪਿਆਰੇ ਬੱਚਿਓ ਕੁਝ ਵੀ ਅਸੰਭਵ ਨਹੀਂ ਹੁੰਦਾ ਪਹਿਲਾ ਪ੍ਰਸ਼ਨ ਇੰਡੀਆ ਗੇਟ ਕਿੱਥੇ ਸਥਿਤ ਹੈ ਤੇ ਇਸਦਾ ਉੱਤਰ ਹੈ ਦਿੱਲੀ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇੰਡੀਆ ਗੇਟ ਸਥਿਤ ਹੈ ਅਗਲਾ ਪ੍ਰਸ਼ਨ ਪੰਜਾਬ ਦਾ ਰਾਜ ਰੁਖ ਕਿਹੜਾ ਹੈ ਤਾਂ ਇਸ ਦਾ ਉੱਤਰ ਹੈ ਟਾਲੀ ਟਾਲੀ ਪੰਜਾਬ ਦਾ ਰਾਜ ਰੁਖ ਹੈ ਜਿਹਨੂੰ ਅਸੀਂ ਸ਼ੀਸ਼ਮ ਵੀ ਕਹਿੰਦੇ ਆ ਤੇ ਟਾਲੀ ਤੋਂ ਸਾਨੂੰ ਬਹੁਤ ਵਧੀਆ ਫਰਨੀਚਰ ਦੀ ਲੱਕੜ ਵੀ ਮਿਲਦੀ ਹੈ ਅਗਲਾ ਪ੍ਰਸ਼ਨ ਸ੍ਰੀ ਹਰਿਮੰਦਰ ਸਾਹਿਬ ਕਿਹੜੇ ਸ਼ਹਿਰ ਵਿੱਚ ਸਥਿਤ ਹੈ ਤਾਂ ਇਸ ਤੋਂ ਤਰੇ ਸ੍ਰੀ ਅੰਮ੍ਰਿਤਸਰ ਸਾਹਿਬ ਸਵਰਨ ਮੰਦਰ ਵੀ ਕਹਿੰਦੇ ਆ ਸੀ ਹਰਿਮੰਦਰ ਸਾਹਿਬ ਵੀ ਕਹਿੰਦੇ ਆ ਤਾਂ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੈ ਅਗਲਾ ਪ੍ਰਸ਼ਨ ਤਿਕੋਣ ਦੀਆਂ ਕਿੰਨੀਆਂ ਪੁਜਾਵਾਂ ਹੁੰਦੀਆਂ ਹਨ ਤਾਂ ਪਿਆਰੇ ਬੱਚਿਓ ਤਿਕੋਣ ਦੀਆਂ ਤਿੰਨ ਪੁਜਾਵਾਂ ਹੁੰਦੀਆਂ ਨੇ ਤਿੰਨ ਪੁਜਾਵਾਂ ਆਪਸ ਵਿੱਚ ਜੁੜੀਆਂ ਹੁੰਦੀਆਂ ਨੇ ਤਾਂ ਫਿਰ ਉਹ ਤਿਕੋਣ ਬਣ ਜਾਂਦੀ ਹੈ ਆਖਰੀ ਪ੍ਰਸ਼ਨ ਫਲ ਅਤੇ ਸਬਜ਼ੀਆਂ ਤੋਂ ਸਾਨੂੰ ਕਿਹੜੇ ਤੱਤ ਮਿਲਦੇ ਹਨ ਤਾਂ ਇਸ ਦਾ ਉੱਤਰ ਹੈ ਵਿਟਾਮਿਨ ਤੇ ਖਣਿਜ ਪਦਾਰਤ ਤਾਂ ਪਿਆਰੇ ਬੱਚਿਓ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰ ਨੇ ਵਿਟਾਮਿਨ ਤੇ ਖਣਿਜ ਪਦਾਰਤ ਤਾਂ ਇਸ ਕਰਕੇ ਸਾਨੂੰ ਫਲ ਅਤੇ ਸਬਜ਼ੀਆਂ ਨਿਯਮਤ ਖਾਣੀਆਂ ਚਾਹੀਦੀਆਂ ਨੇ ਤਾਕੀ ਸਾਡੇ ਸਰੀਰ ਦਾ ਵਾਧਾ ਵਿਕਾਸ ਹੋ ਸਕੇ ਤੇ ਸਾਡੇ ਸਰੀਰ ਨੂੰ ਲੋੜੀਂਦੇ ਤੱਤ ਮਿਲਦੇ ਰਹਿ ਆਓ ਬੁੱਝੀਏ ਵਿੰਗ ਤੜਿੰਗੀ ਲੱਕੜੀ ਕਲਕੱਤਿਓ ਤੁਰੀ ਅੰਮ੍ਰਿਤਸਰ ਅਪੜੀ ਤਾਂ ਐਸਾ ਉਤਰੈ ਸੜਕ ਤਾਂ ਪਿਆਰੇ ਬੱਚਿਓ ਤੁਸੀਂ ਨੈਸ਼ਨਲ ਹਾਈਵੇ ਦੇਖਿਆ ਹੋਵੇਗਾ ਕਿ ਕਲਕੱਤੇ ਤੋਂ ਸੜਕ ਕਿਹੜੀ ਆ ਉਹ ਅੰਮ੍ਰਿਤਸਰ ਤੱਕ ਆਉਂਦੀ ਹੈ ਤਾਂ ਸੜਕ ਤੇ ਕਈ ਵਾਰ ਖੱਬੇ ਨੂੰ ਮੁੜਦੀ ਆ ਸੱਜੇ ਨੂੰ ਮੁੜਦੀ ਆ ਵੱਲ ਬਲੇਵੇਂ ਪਾਉਂਦੀ ਆ ਵਿੰਗ ਟੜਿੰਗੀ ਹੋ ਜਾਂਦੀ ਆ ਤੇ ਇਸ ਕਰਕੇ ਜਿਹੜਾ ਹੈਗਾ ਇਹ ਬੁਜ਼ਾਰਤ ਬਣਾਈ ਗਈ ਹੈ ਕਿ ਵਿੰਗ ਟੜਿੰਗੀ ਲੱਕੜੀ ਕਲਕੱਤਿਓ ਤੁਰੀ ਅੰਮ੍ਰਿਤਸਰ ਅਪੜੀ ਵਰਡਸ ਫॉर ਪ੍ਰੈਕਟਿਸ ਪਹਿਲਾ ਹੈ ਡਬਲਯੂ आई टी एच विद दूसरा है एन ई ए आर नियर तीसरा है यू एन डी ई आर अंडर चौथा है बीई एच आई एन डी बिहाइंड E बी डब्ल्यू डबल ई एन बिटवीन तो एक बार दोहरा लिए विद नियर अंडर बिहाइंड बिटवीन तो प्यारे बच्चों इन्हों शब्दा चंकी तरह दोहरा लेना है स्कूल सिक्ख्या विभाग वालों पैस दो हज़ार भी तैयारी आप जी ਅਭਿਆਸ ਸ਼ੀਟ ਨੰਬਰ 11 ਭੇਜੀ ਗਈ ਹੈ ਉਸ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ ਪੜ੍ਹ ਕੇ ਸਮਝਣਾ ਹੈ ਤੇ ਸਮਝ ਕੇ ਜਿਹੜੇ ਦਿੱਤੇ ਪ੍ਰਸ਼ਨ ਨੇ ਉਹਨਾਂ ਦੇ ਉੱਤਰ ਦੇਣੇ ਨੇ ਤਾਂ ਤੁਸੀਂ ਸਾਰਿਆਂ ਨੇ ਆਪਣੀ ਅਭਿਆਸ ਨੂੰ ਨਿਰੰਤਰ ਚੱਲਿ ਰੱਖਣਾ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ